ਨਿਊਜ਼ ਸਪਾਂਸਰਡ ਬਾਏ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਅਤੇ ਨਿਊਯਾਰਕ ਗੋਲਡ। ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ NRI TV ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਲੰਗਾਹ ਦਾ ਮਾਮਲਾ ਪਹੁੰਚਿਆ ਸ਼੍ਰੀ ਅਕਾਲ ਤਖ਼ਤ ਸਾਹਿਬ। ਲੰਗਾਹ ਵੱਲੋਂ ਦਿੱਤੇ ਗਏ ਅਸਤੀਫਿਆਂ ਨੂੰ ਅਕਾਲੀ ਦਲ ਨੇ ਕੀਤਾ ਪ੍ਰਵਾਨ। ਗੁਰਦਾਸਪੁਰ ਪਹੁੰਚੇ ਸਿੱਧੂ ਨੇ ਲੰਗਾਹ ਦੇ ਬਹਾਨੇ ਮਜੀਠੀਆ ਤੇ ਬੋਲਿਆ ਹਮਲਾ। ਅਤੇ ਦੇਸ਼ ਨੂੰ ਮਿਲੇ ਨਵੇਂ ਰਾਜਪਾਲ। ਹੁਣ ਵਿਸਥਾਰ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਲੀਡਰ ਸੁੱਚਾ ਸਿੰਘ ਲੰਗਾਹ ਦਾ ਬਲਾਤਕਾਰ ਦਾ ਮੁੱਦਾ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ ਅਤੇ ਇਸ ਮਾਮਲੇ ਤੋਂ ਬਾਅਦ ਸੁੱਚਾ ਸਿੰਘ ਵੱਲੋਂ ਦਿੱਤੇ ਗਏ ਸਾਰੇ ਅਸਤੀਫਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਨ ਵੀ ਕਰ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਸੁੱਚਾ ਸਿੰਘ ਲੰਗਾਹ ਤੇ ਜਬਰ ਜਨਾਹ ਦਾ ਪਰਚਾ ਦਰਜ ਹੋਣ ਉਪਰੰਤ ਸੋਸ਼ਲ ਮੀਡੀਆ ਤੇ ਜਾਰੀ ਹੋਈ ਅਸ਼ਲੀਲ ਵੀਡੀਓ ਦਾ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਚ ਪੁੱਜ ਗਿਆ, ਜਿਸ ਨਾਲ ਲੰਗਾਹ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਸ ਤੋਂ ਪਹਿਲਾਂ ਲੰਗਾਹ ਵੱਲੋਂ ਦਿੱਤੇ ਗਏ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਨ ਕਰ ਲਿਆ। ਵੀਡੀਓ ਆਉਣ ਤੋਂ ਬਾਅਦ ਅਜੇ ਤੱਕ ਅਕਾਲੀ ਦਲ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ, ਜਦੋਂ ਕਿ ਪਰਚਾ ਦਰਜ ਹੋਣ ਤੋਂ ਬਾਅਦ ਅਕਾਲੀ ਦਲ ਨੇ ਇਸ ਲਈ ਕਾਂਗਰਸ ਨੂੰ ਘੇਰਿਆ ਤੇ ਕਿਹਾ ਕਿ ਰੰਜਿਸ਼ ਤਹਿਤ ਪਰਚਾ ਦਰਜ ਹੋਇਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਲਈ ਸ਼ੁਰੂ ਕੀਤੇ ਗਏ ਪ੍ਰਚਾਰ ਮੁਹਿੰਮ ਦੇ ਤਹਿਤ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦੇ ਆਰੋਪ ਨੂੰ ਲੈ ਕੇ ਨਿਸ਼ਾਨਾ ਸਾਧਿਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਸ਼ੁਰੂ ਕੀਤੇ ਗਏ ਚੋਣ ਪ੍ਰਚਾਰ ਦੀ ਸ਼ੁਰੂਆਤ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਵਾਇਰਲ ਹੋਈ ਇੱਕ ਅਸ਼ਲੀਲ ਵੀਡੀਓ ਤੋਂ ਕੀਤੀ। ਸਿੱਧੂ ਨੇ ਲੰਗਾਹ ਦੇ ਬਹਾਨੇ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਅਤੇ ਮਜੀਠੀਆ ਨੂੰ ਲੰਗਾਹ ਦੀ ਵੀਡੀਓ ਦੇਖਣ ਦੀ ਸਲਾਹ ਵੀ ਦਿੱਤੀ। ਸਿੱਧੂ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਲੰਗਾਹ ਦੇ ਨਾਂ ਭਾਵੇਂ ਸੁੱਚਾ ਸਿੰਘ ਹੈ ਪਰ ਉਹਨਾਂ ਦੇ ਕੰਮ ਖਰਾਬ ਨੇ। ਸਿੱਧੂ ਨੇ ਕਿਹਾ ਕਿ ਕਾਂਗਰਸ ਦੀਆਂ ਸਿਆਸੀ ਸਟੇਜਾਂ ਤੇ ਸਰਦਾਰੀ ਨਜ਼ਰ ਆਉਂਦੀ ਹੈ ਪਰ ਅਕਾਲੀ ਭਾਜਪਾ ਦੀਆਂ ਸਟੇਜਾਂ ਤੇ ਬਲਾਤਕਾਰੀ ਅਤੇ ਚਿੱਟੇ ਦੇ ਵਪਾਰੀ ਦਿਖਾਈ ਦਿੰਦੇ ਹਨ। ਆਹ ਵੀਡੀਓ ਹੀ ਦੇਖ ਲਓ, ਜਿਹੜੇ ਲੰਗਾਹ ਸਾਹਿਬ ਹਨੀ ਪੀਤਵਾਨ ਘੁੰਮੇ ਆ ਉਹਨਾਂ ਦੀ ਵੀਡੀਓ ਹੀ ਦੇਖ ਲਓ, ਤੁਹਾਨੂੰ ਸਭ ਕੁਝ ਸਮਝ ਆ ਜਾਊ। ਨਾਮ ਹੈ ਸੁੱਚਾ, ਸਿਰੇ ਦਾ ਲੁੱਚਾ, ਕੰਮ ਕਰਦਾ ਉਦੋਂ ਵੀ ਮਾੜਾ। ਇਹ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਭਾਈ ਵੋਟਾਂ ਕਿੱਥੇ ਪਾਉਣੀਆਂ ਕਿੱਥੇ ਨਹੀਂ ਪਾਉਣੀਆਂ। ਹਾਈ ਕੋਰਟ ਦੇ ਵਕੀਲ HS ਫੁਲਕਾ ਨੇ ਉਸ ਮਾਮਲੇ ਨੂੰ ਲੜਨ ਦੀ ਹਾਮੀ ਭਰੀ ਹੈ ਜਿਸ ਦੇ ਵਿੱਚ ਇੱਕ ਜਨਤਕ ਥਾਂ ਦੇ ਵਿੱਚ ਸਿਗਰਟ ਪੀਣ ਤੋਂ ਰੋਕਣ ਦੇ ਮਾਮਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਗੱਡੀ ਨਾਲ ਕੁਚਲ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਦਿੱਲੀ ਵਿਖੇ ਜਨਤਕ ਥਾਂ ਤੇ ਸਿਗਰਟ ਪੀਣ ਦਾ ਵਿਰੋਧ ਕਰਨ ਤੇ ਮਾਰੇ ਗਏ ਗੁਰਪ੍ਰੀਤ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਬਠਿੰਡਾ ਨੂੰ ਇਨਸਾਫ਼ ਦਿਵਾਉਣ ਲਈ ਆਪ ਦੇ ਵਿਧਾਇਕ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ HS ਫੁਲਕਾ ਨੇ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਮੌਕੇ ਦੇ ਚਸ਼ਮਦੀਦ ਗਵਾਹ ਨਾਲ ਸਰਦਾਰ ਫੁਲਕਾ ਨਾਲ ਮੁਲਾਕਾਤ ਕਰਕੇ ਪੂਰੇ ਕੇਸ ਦੀ ਅਦਾਲਤੀ ਪੈਰਵਾਈ ਲਈ ਅਪੀਲ ਕੀਤੀ ਤਾਂ ਵਿਧਾਇਕ ਫੁਲਕਾ ਨੇ ਕਿਹਾ ਕਿ ਉਹ ਮ੍ਰਿਤਕ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀ ਨੂੰ ਸਜ਼ਾ ਦਿਵਾਉਣ ਤੱਕ ਕੇਸ ਦੀ ਪੈਰਵੀ ਕਰਨਗੇ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਮੀਟਿੰਗ ਉਪਰੰਤ ਫੁਲਕਾ ਨੇ ਦੱਸਿਆ ਕਿ ਆਸਾਮ ਦੇ ਉਕਤ ਕਥਿਤ ਦੋਸ਼ੀ ਮਹੰਤੋ ਵੱਲੋਂ ਪਹਿਲੇ ਕੇਸ ਢਾਬੇ ਉੱਪਰ ਬਾਈਕ ਨੂੰ ਜਾਣ ਬੁੱਝ ਕੇ ਟੱਕਰ ਮਾਰਨ ਤੋਂ ਪਹਿਲਾਂ ਹੀ ਗੁਰਪ੍ਰੀਤ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਉਹ ਇਸ ਕੇਸ ਵਿੱਚ ਸ਼ਿਕਾਇਤਕਰਤਾ ਵੱਲੋਂ ਖੁਦ ਪੇਸ਼ ਹੋਣਗੇ, ਬਾਕੀ ਕੇਸ ਦੀ ਪੈਰਵਾਈ ਜਰਨੈਲ ਸਿੰਘ ਵੱਲੋਂ ਕੀਤੀ ਜਾਵੇਗੀ ਅਤੇ ਦਿੱਲੀ ਸਰਕਾਰ ਵੱਲੋਂ ਸਰਕਾਰੀ ਵਕੀਲ BS ਜੈਨ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 5169983222 ਤੇ 6464270704 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਐ? ਮੈਂ ਤਾਂ ਕੈਨਮ ਦੇ ਗਈ ਸੀ। ਉਹ ਕੈਨਮ ਕੀ? ਕੈਨਮ ਫੋਨ, ਪਿੰਨਲੈਸ ਫੋਨ ਸਰਵਿਸ, ਸਾਫ਼ ਸੁਥਰੀ ਆਵਾਜ਼, ਕੋਈ ਵਾਧੂ ਚਾਰਜ ਨਹੀਂ। ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ, ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ। ਜਿੰਨੀ ਗੱਲ ਕਰੀਏ ਓਨੇ ਹੀ ਪੈਸੇ ਕੱਟਣਗੇ? ਜੀ ਹਾਂ, ਭਰੋਸੇਯੋਗ ਸਰਵਿਸ। ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਦੇਸ਼ ਦੇ ਵਿੱਚ 5 ਨਵੇਂ ਰਾਜਪਾਲਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਅਤੇ ਇਹ ਨਿਯੁਕਤੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ।
देश के पांच राज्यों में नए राज्यपाल की नियुक्ति की गई है। यह नियुक्ति देश के राष्ट्रपति वालों की गई। नवी नियुक्तियों के अनुसार असम के राज्यपाल बनवारी लाल पुरोहित और तमिलनाडु के राज्यपाल बना दिता। विद्यासागर राव जो महाराष्ट्र के राज्यपाल ने उन्होंने तमिलनाडु का वाधू राज्यभार सौंपया। एडमिरल दविंदर कुमार जोशी को जगदीश मुखी की जगह से अंडमान एंड निकोबार का लैफ्टिनेंट गवर्नर नियुक्त किया गया और इस दे नाल ही जगदीश मुखी को असम भेज दिता गया। ब्रिगेडियर बी डी मिश्रा नू अरुणाचल प्रदेश का ते गंगा प्रसाद नू मेघालय का राज्यपाल नियुक्त किया गया। इस दे नाल ही सत्यपाल मलिक बिहार के नवे राज्यपाल होंगे। सारी दुनिया उत्तरी कोरिया अते अमरीका के संबंधा नू चंगी तरह जानती है ते इस दे मद्देनजर अमरीका दे विच हुई एक डिप्लोमैट्स की मीटिंग के दौरान अमरीका के राष्ट्रपति ने कहा कि उत्तरी कोरिया बारे गल करके अपना समा बर्बाद ना करो। अमरीका के राष्ट्रपति डोनाल्ड ट्रंप ने एतवार को चोटी के डिप्लोमैट्स को कहा कि उत्तरी कोरिया के तानाशाह किम जोंग उन बारे गलबात करके अपना समा खराब ना करो। ट्रंप ने किम जोंग नू रॉकेट मैन कह के एक गल कही। अमरीकी राष्ट्रपति डोनाल्ड ट्रंप ने अपने ट्वीट्स कहा कि मैं अमरीका के महान सकत्तर रेक्स टिलरसन नू कहा कि लिटल रॉकेट मैन बारे गल करके अपना समा ना खराब करो। उन्होंने कहा कि प्योंगयांग नाल उत्तरी कोरिया के बैलिस्टिक मिजाइल प्रोग्राम बारे गल करन दा कोई फायदा नहीं। ट्रंप ने नाल कहा अपनी ऊर्जा बचाओ असी ओ करांगे जो करना है। अज दे बुलेटिन विच फिलहाल इन्ना ही हुंदे हो। आ गया सत श्री अकाल। अपना पंजाब न्यूज़पेपर दे विच अते अपना पंजाब NRI TV ते ऐड देन लई सानू संपर्क करो। साडा USA दा फोन नंबर है 516-998-3222 ते 646-427-0704 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।